ਕੋਟਕਪੁਰਾ ਦੇ ਗੁਰੂ ਤੇਗ ਬਹਾਦਰ ਨਗਰ ਵਿੱਚ ਮੀਂਹ ਪੈਣ ਕਾਰਨ ਸੜਕਾਂ ਤੇ ਪਾਣੀ ਇਕੱਠਾ ਹੋ ਗਿਆ ਕਿਉਂਕਿ ਲੰਬੇ ਸਮੇਂ ਤੋਂ ਇਹ ਸੜਕ ਟੁੱਟੀ ਭੱਜੀ ਅਤੇ ਨੀਵੀਂ ਹੈ। ਅੱਜ ਮੁਹੱਲਾ ਨਿਵਾਸੀਆਂ ਅਤੇ ਕਾਂਗਰਸੀ ਵਰਕਰਾਂ ਵੱਲੋਂ ਇਕੱਠੇ ਹੋ ਕੇ ਬਲਕਰਨ ਸਿੰਘ ਨੰਗਲ ਪ੍ਰਧਾਨ ਯੂਥ ਕਾਂਗਰਸ ਦੀ ਅਗਵਾਈ ਹੇਠ ਬਾਦਲ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਸੜਕਾਂ ਦੇ ਖੜੇ ਪਾਣੀ ਵਿੱਚ ਝੋਨਾ ਬੀਜ ਕੇ ਰੋਸ ਪ੍ਰਗਟ ਕੀਤਾ। ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਕੋਟਕਪੂਰੇ ਵਿੱਚ ਨਾਲੀਆਂ ਅਤੇ ਸੜਕਾਂ ਦੀ ਮੁਰੰਮਤ ਕਰਵਾ ਕੇ ਸ਼ਹਿਰ ਦਾ ਵਿਕਾਸ ਕੀਤਾ ਜਾਵੇ। ਕੋਟਕਪੂਰਾ ਤੋਂ ਮੱਖਣ ਸਿੰਘ ਦੀ ਰਿਪੋਰਟ, ਜਗ ਸੇਵਕ ਵੈਬ ਟੀਵੀ। ਬਾਦਲ ਸਾਹਿਬ ਦੇ ਖਿਲਾਫ ਤੁਸੀਂ ਨਾਅਰੇਬਾਜ਼ੀ ਕਰ ਰਹੇ ਹੋ, ਇਹਦੇ ਸੰਬੰਧ 'ਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅੱਜ ਅਸੀਂ ਇੱਥੇ ਕੋਟਕਪੂਰਾ ਵਿਖੇ ਯੂਥ ਕਾਂਗਰਸ ਕੋਟਕਪੂਰਾ ਵੱਲੋਂ ਜਿਹੜੀਆਂ ਇੱਥੋਂ ਦੀਆਂ ਟੁੱਟੀਆਂ ਗਲੀਆਂ ਸੜਕਾਂ ਨੇ ਉਹਨਾਂ ਵਿੱਚ ਝੋਨਾ ਲਾ ਕੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਅਸੀਂ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਇੱਥੋਂ ਦੀ ਗੁੰਗੀ ਬੋਲੀ ਸਰਕਾਰ ਨੂੰ ਕਿ ਇੱਥੇ ਹੁਣ ਜਿਹੜੀਆਂ ਸੜਕਾਂ ਉਹ ਚੱਲਣ ਯੋਗ ਨਹੀਂ ਅਤੇ ਇੱਥੇ ਝੋਨਾ ਲਾ ਕੇ ਇਹ ਗੁਜ਼ਾਰਾ ਕਰਨਾ ਪੈਣਾ। ਕੱਲ੍ਹ ਕੋਟਕਪੂਰਾ ਵਿਖੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਆਏ ਸੀ, ਉਹਨਾਂ ਨੇ ਇੱਥੇ ਝੂਠ ਮਾਰਿਆ ਕਿ ਅਸੀਂ ਕੋਟਕਪੂਰੇ ਦੇ ਵਿਕਾਸ ਲਈ 98 ਕਰੋੜ ਖਰਚਾਂਗੇ। ਸੁਖਬੀਰ ਸਿੰਘ ਬਾਦਲ ਨੇ ਇਸੇ ਲੋਕ ਸਭਾ ਹਲਕੇ ਤੋਂ ਆਪਣੀ ਸਿਆਸੀ ਪਾਰੀ ਸ਼ੁਰੂ ਕੀਤੀ ਸੀ, ਉਦੋਂ ਤੋਂ ਅੱਜ ਤੱਕ ਇਹ ਲਾਰੇ ਲਾਉਂਦਾ ਰਿਹਾ ਕਿ ਅਸੀਂ ਕੋਟਕਪੂਰੇ ਨੂੰ ਕੈਲੀਫੋਰਨੀਆ ਬਣਾਵਾਂਗੇ। ਇਹਨਾਂ ਨੇ 9.5 ਸਾਲ 'ਚ ਕੋਟਕਪੂਰੇ ਨੂੰ ਕੈਲੀਫੋਰਨੀਆ ਬਣਾਉਣ ਦੀ ਬਜਾਏ ਇਹਨੂੰ ਕੂੜਾ ਕਪੂਰਾ ਬਣਾਇਆ, ਔਰ ਇਹਦੇ ਖਿਲਾਫ਼ ਅਸੀਂ ਅੱਜ ਪ੍ਰਦਰਸ਼ਨ ਕਰ ਰਹੇ ਹਾਂ। ਔਰ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਆਉਣ ਵਾਲੀ 2017 ਦੇ ਵਿੱਚ ਬਦਲਾਅ ਲਿਆਂਦਾ ਜਾਵੇ, ਪੰਜਾਬ ਦੇ ਵਿੱਚ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਸਰਕਾਰ ਲਿਆਂਦੀ ਜਾਵੇ ਤਾਂ ਜੋ ਵਿਕਾਸ ਕਾਰਜਾਂ ਨੂੰ ਸਿਰੇ ਚੜ੍ਹਾਇਆ ਜਾਵੇ, ਕੋਟਕਪੂਰੇ ਦੇ ਲੋਕਾਂ ਦੇ ਸੁਪਨਿਆਂ ਨੂੰ ਪੂਰਾ ਕਰਿਆ ਜਾ ਸਕੇ।